वाहेगुरु जी का खालसा, वाहेगुरु जी की फतेह। मेरा नाम गुरशीन कौर ते मेरा नाम कोमलप्रीत कौर ते असी दोवें तुहाडा साडे शो बाता गुरु दियां विच बहुत बहुत स्वागत करदे हां। कल ना मैं एक मैरिज ते गई सी ते उत्थे गिद्दा भंगड़ा डीजे सब कुछ चल रहा सी ते मैं ना एक बहुत डिफरेंट जी चीज नोटिस कीती उत्थे। ओकी ते ना मैं उत्थे नोटिस कीता कि साइड ते कुछ लेडीज बैठ के ना घोड़ियां ते सिठनियां गा रहीयां सी। हाँ, कई कई व्यावां ते तां छंद भी गाए जांदे हन। एक घोड़ियां सिठनियां छंद हुंदे की ने? यही तां अपना असल सभ्याचार है। सभ्याचार ओ की हुंदा? इस बारे ज्यादा नॉलेज लैण लई तां आपां अपने गेस्ट नूं इनवाइट करदे आं। फिर कौन ने अज साडे गेस्ट? ते अज ते साडे गेस्ट ने सरदार गुरसेवक सिंह जी, जो कि गुरमत दा प्रचार देश विदेश विच कर रहे हन ते बहुत सारियां धार्मिक संस्थावां नाल भी जुड़े हुए हन। ते तेनू पता है, ए एक विलक्षण तरह दा सिंह रॉक्स नाम दा बैंड विच ला रहे हन। ते आओ स्वागत करिए सरदार गुरसेवक सिंह जी दा। वाहेगुरु जी का खालसा, वाहेगुरु जी की फतेह। अंकल, तुहाडा साडे शो बातां गुरु दियां विच बहुत बहुत स्वागत है। धन्यवाद जी, फतेह टीवी दा, तुहाडा बच्चियो, सारी तुहाडी टीम दा बहुत बहुत धन्यवाद। अंकल, सभ्याचार की है? ਪੰਜਾਬੀ ਸੱਭਿਆਚਾਰ ਦੀ ਕੀ ਵਿਲੱਖਣਤਾ ਹੈ? ਸੱਭਿਆਚਾਰ ਬੱਚੇ, ਜੋ ਸਾਡੀ ਸੱਭਿਅਤਾ ਵਿੱਚੋਂ ਸਾਡੇ ਵੱਡਿਆਂ ਵਡੇਰਿਆਂ ਨੇ ਸਾਨੂੰ ਸਿਰਜਣ ਵਾਸਤੇ, ਜਿਹਦੇ ਨਾਲ ਸਾਡੀ ਜਿਹੜੀ ਪਹਿਚਾਣ ਮੰਨੀ ਜਾਂਦੀ ਹੈ, ਉਹਨਾਂ ਦੇ ਜਿਹੜੇ ਚੰਗੇ ਕੰਮ ਹੈ, ਉਹਨਾਂ ਦਾ ਜਿਹੜਾ ਰਹਿਣਾ ਸਹਿਣਾ ਹੈ, ਉਹਨਾਂ ਦਾ ਜਿਹੜਾ ਖਾਣਾ ਪੀਣਾ ਹੈ, ਉਹਨਾਂ ਦਾ ਪਹਿਰਾਵਾ, ਉਹਨਾਂ ਦੀ ਬੋਲੀ, ਇਹ ਸਾਰੀਆਂ ਚੀਜ਼ਾਂ ਸੱਭਿਆਚਾਰ ਦੇ ਨਾਲ ਜੁੜੀਆਂ ਹੋਈਆਂ। ਔਰ ਜਿਹੜਾ ਸਾਡਾ ਸੱਭਿਆਚਾਰ ਹੈ ਉਹ ਬੜਾ ਪਵਿੱਤਰ ਟਾਈਪ ਦਾ ਹੈਗਾ, ਕਿਉਂਕਿ ਸਾਨੂੰ ਸਿਰਜਣ ਵਾਲੇ ਜੋ ਹੈਗੇ ਨੇ ਉਹ ਬੜੀ ਚੰਗੀ ਸੋਚ ਦੇ ਮਾਲਕ ਨੇ, ਜੋ ਸਾਡਾ ਆਧਾਰ ਹੈ, ਜੋ ਸਾਡਾ ਬੇਸ ਹੈ। ਇਸ ਕਰਕੇ ਪੰਜਾਬੀ ਸੱਭਿਆਚਾਰ ਜਿਹੜਾ ਉਹ ਵਿਲੱਖਣ ਹੈ, ਕਿ ਇਹਦੇ ਵਿੱਚ ਸਾਡੇ ਗੁਰੂ ਸਾਹਿਬਾਨਾਂ ਦਾ, ਇਹਦੇ ਵਿੱਚ ਸ਼ਹੀਦਾਂ ਦਾ, ਇਹਦੇ ਵਿੱਚ ਬਹਾਦਰਾਂ ਦਾ, ਇਹਦੇ ਵਿੱਚ ਗਿਆਨਵਾਨਾਂ ਦਾ, ਸੂਝ-ਬੂਝ ਵਾਲੇ ਵਿਦਵਾਨਾਂ ਦਾ ਬੜਾ ਵੱਡਾ ਯੋਗਦਾਨ ਹੈਗਾ। ਅੰਕਲ, ਸੱਭਿਆਚਾਰ ਕਿੱਥੇ ਕਿੱਥੇ ਹੈ? ਸੱਭਿਆਚਾਰ ਤਾਂ ਜਿੱਥੇ ਸੱਭਿਆਚਾਰ ਨੂੰ ਪਿਆਰ ਕਰਨ ਵਾਲੇ ਹੈਗੇ ਆ, ਪੂਰੇ ਸੰਸਾਰ ਦੇ ਵਿੱਚ, ਪੂਰੇ ਵਰਲਡ ਦੇ ਵਿੱਚ ਹੈ, ਔਰ ਉਹ ਆਪਣੇ ਸੱਭਿਆਚਾਰ ਨੂੰ ਲੈ ਕੇ ਜਿਉਂਦੇ ਵੀ ਹੈਗੇ ਆ। ਤਾਂ ਜਿੱਥੇ ਵੀ ਚੰਗੀ ਸੋਚ ਵਾਲੇ ਆਪਣੀ ਸੱਭਿਅਤਾ ਨੂੰ ਜਿਹੜੇ ਸਮਝਦੇ ਨੇ, ਜਿਨ੍ਹਾਂ ਨੇ ਪੜ੍ਹਿਆ ਹੈਗਾ, ਉਹ ਜਿੱਥੇ ਵੀ ਜਾਂਦੇ ਉਹ ਆਪਣਾ ਸੱਭਿਆਚਾਰ ਨਾਲ ਹੀ ਲੈ ਕੇ ਜਾਂਦੇ ਆ, ਚਾਹੇ ਉਹ ਅਮਰੀਕਾ, ਕਨੇਡਾ, ਇਟਲੀ, ਫਰਾਂਸ, ਜਰਮਨ ਹੈ, ਚਾਹੇ ਕੋਈ ਵੀ ਕੰਟਰੀ ਆ ਸੰਸਾਰ ਦਾ, ਕੋਈ ਵੀ ਕੋਨਾ ਕਿਉਂ ਨਹੀਂ ਆ, ਹਰ ਜਗ੍ਹਾ 'ਤੇ ਸੱਭਿਆਚਾਰ ਹੈ। ਅੰਕਲ, ਸਿੱਖ ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰ ਵਿੱਚ ਕੀ ਫਰਕ ਹੈ? ਸਿੱਖ ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰ ਦੇ ਵਿੱਚ ਫਰਕ ਕੋਈ ਨਹੀਂ ਹੈ, ਬਟ ਇੱਕ ਗਲਤ ਸੋਚ ਨਾਲ ਇਸ ਨੂੰ ਵੱਖ ਵੱਖ ਕੀਤਾ ਗਿਆ ਹੈਗਾ ਪਿਛਲੇ ਕੁਝ ਸਮਿਆਂ ਦੇ ਵਿੱਚ, ਤਾਂ ਜੋ ਕਿ ਪੰਜਾਬੀ ਸੱਭਿਆਚਾਰ ਦੇ ਨਾਂ 'ਤੇ ਕੁਛ ਗਲਤ ਚੀਜ਼ਾਂ ਪੇਸ਼ ਕੀਤੀਆਂ ਜਾਣ, ਜਾ ਸਕਣ, ਔਰ ਕੀਤੀਆਂ ਵੀ ਗਈਆਂ। ਸਿੱਖ ਸੱਭਿਆਚਾਰ ਨੂੰ ਅਤੇ ਪੰਜਾਬੀ ਸੱਭਿਆਚਾਰ ਨੂੰ ਵੱਖ ਵੱਖ ਕੀਤਾ ਗਿਆ, ਅਸਲ ਵਿੱਚ ਹੋਂਦ ਇੱਕੋ ਹੀ ਹੈ। ਸਿੱਖ ਸੱਭਿਆਚਾਰ ਕਹਿ ਲਓ, ਪੰਜਾਬੀ ਸੱਭਿਆਚਾਰ ਕਹਿ ਲਓ, ਇੱਕੋ ਹੀ ਗੱਲ ਹੈ, ਕਿਉਂਕਿ ਪੰਜਾਬੀ ਜੰਮੇ ਕਿੱਥੋਂ ਹੈ, ਪੰਜਾਬੀ ਪੈਦਾ ਕਿੱਥੋਂ ਹੋਇਆ, ਇਹਨਾਂ ਨੇ ਖਾਣਾ ਪੀਣਾ, ਰਹਿਣਾ ਸਹਿਣਾ, ਠੀਕ ਹੈ, ਕਿੱਥੋਂ ਸਿੱਖਿਆ ਹੈਗਾ, ਤਾਂ ਉਹ ਸਾਡੇ ਵੱਡੇ ਵਡੇਰੇ, ਸਾਡੇ ਬਜ਼ੁਰਗ, ਸਾਡੇ ਗੁਰੂ ਸਾਹਿਬਾਨ, ਸਾਡੇ ਸ਼ਹੀਦ, ਉਹ ਜਿਹੜਾ 250 ਸਾਲ ਦਾ ਸਮਾਂ ਹੈਗਾ, ਉਹਦੇ ਵਿੱਚ ਜਿਹੜੀਆਂ ਉਹਨਾਂ ਦੀਆਂ ਕੁਰਬਾਨੀਆਂ, ਉਹਨਾਂ ਦੀਆਂ ਸ਼ਹਾਦਤਾਂ ਮਾਨਵਤਾ ਦੇ ਵਾਸਤੇ ਹੈ, ਉਹਨਾਂ ਨੇ ਸਾਡੇ ਆਚਰਣ ਨੂੰ ਘੜਿਆ। ਹਾਲਾਂਕਿ ਪੰਜਾਬੀ ਉਸ ਤੋਂ ਪਹਿਲਾਂ ਵੀ ਨੇ, ਚੰਗੀ ਸੋਚ ਵਾਲੇ ਨੇ, ਇਮਾਨਦਾਰ ਨੇ, ਪਰ ਗੁਰੂ ਸਾਹਿਬਾਨਾਂ ਨੇ ਇਸ ਸੱਭਿਆਚਾਰ ਦੇ ਵਿੱਚ ਇੱਕ ਵਿਲੱਖਣ ਔਰ ਇੱਕ ਨਵੇਕਲਾ ਕੰਸੈਪਟ ਪਾਇਆ, ਜੋ ਵਿਚਾਰਧਾਰਕ ਤੌਰ 'ਤੇ ਉੱਚਾ ਸੁੱਚਾ ਅਤੇ ਬੜਾ ਚੰਗਾ ਹੈਗਾ। ਸਿੱਖਾਂ ਨੂੰ ਸੱਭਿਆਚਾਰ ਸੰਬੰਧੀ ਗੁਰੂ ਸਾਹਿਬ ਨੇ ਕੀ ਹੁਕਮ ਦਿੱਤਾ? ਗੁਰੂ ਗ੍ਰੰਥ ਸਾਹਿਬ 'ਤੇ ਪੂਰੀ ਮਨੁੱਖਤਾ ਨੂੰ ਗੁਰਮਤਿ ਉਪਦੇਸ਼ ਦਿੰਦੇ ਨੇ ਵੱਖ ਵੱਖ ਤਰੀਕਿਆਂ ਦੇ ਨਾਲ,
ਜਿੱਥੋਂ ਤੱਕ ਸਿੱਖ ਸੱਭਿਆਚਾਰ ਦੀ ਜਾਂ ਸਿੱਖਾਂ ਨੂੰ ਤੁਸੀਂ ਕਿਹਾ ਹੈਗਾ, ਉੱਥੇ ਉਹ ਕਹਿੰਦੇ ਨੇ ਕਿ ਇਹ ਸਰੀਰ ਹੈ ਜਿਹੜਾ, ਸਰੀਰ ਅੱਖਾਂ ਨਾਲ ਕੀ ਦੇਖਣਾ ਹੈ, ਕੰਨਾਂ ਨਾਲ ਕੀ ਸੁਣਨਾ ਹੈ, ਜ਼ੁਬਾਨ ਨਾਲ ਕੀ ਬੋਲਣਾ, ਇਹਦੀ ਟ੍ਰੇਨਿੰਗ ਗੁਰੂ ਸਾਹਿਬ ਦਿੰਦੇ ਆ। ਇਹਦੇ ਨਾਲ ਭਾਈ ਗੁਰਦਾਸ ਜੀ ਵੀ ਆਪਣੇ ਲਿਖਤਾਂ ਦੇ ਵਿੱਚ ਬੜਾ ਸੋਹਣਾ ਬਿਆਨ ਕਰਦੇ ਹੈਗੇ ਆ ਕਿ ਅੱਖੀਂ ਦੇਖਣ ਰੱਜੀਆਂ ਬਹੁ ਰੰਗ ਤਮਾਸ਼ੇ, ਉਹ ਵੀ ਗੱਲ ਆ ਜਾਂਦੀ ਹੈਗੀ ਆ ਕਿ ਵੱਖਰੇ ਵੱਖਰੇ ਜਿਹੜੇ ਕਨਸੈਪਟ ਹੈਗੇ ਆ, ਇਹ ਬੰਦਾ ਦੇਖਦਾ ਰਹਿੰਦਾ ਹੈ, ਕਦੀ ਕੁਛ ਕਦੀ ਕੁਛ ਕਦੀ ਕੁਛ, ਪਰ ਗੁਰੂ ਸਾਹਿਬ ਕਹਿੰਦੇ ਆ ਕਿ ਅੱਖਾਂ ਦੇ ਨਾਲ ਚੰਗਾ ਵੇਖਣਾ, ਪਰ ਤ੍ਰਿਆ ਰੂਪ ਨਾ ਪੇਖਾ ਨੇਤਰ, ਮੀਨਿੰਗ ਗਲਤ ਚੀਜ਼ਾਂ ਗਲਤ ਸੋਚ ਨੂੰ ਨਹੀਂ ਅਸੀਂ ਅੱਗੇ ਲੈ ਕੇ ਜਾਣਾ, ਕੰਨਾਂ ਦੇ ਨਾਲ ਬੁਰਾਈ ਨਹੀਂ ਸੁਣਨੀ ਹੈਗੀ, ਜ਼ੁਬਾਨ ਦੇ ਨਾਲ ਗਲਤ ਨਹੀਂ ਬੋਲਣਾ ਹੈਗਾ, ਆਪਣੇ ਵਿਚਾਰਾਂ ਨੂੰ ਆਪਣੇ ਸਮਾਜ ਨੂੰ ਪਲਿਊਟਡ ਨਹੀਂ ਕਰਨਾ ਹੈਗਾ, ਆਪਣੇ ਸਮਾਜ ਨੂੰ ਦੂਸ਼ਿਤ ਨਹੀਂ ਕਰਨਾ ਹੈਗਾ। ਤਾਂ ਉੱਥੇ ਖਾਣ ਪੀਣ ਦੀ ਵੀ ਗੱਲ ਕਰਦੇ ਆ, ਜਿੱਤ ਖਾਧਾ ਤਨ ਪੀੜੀ ਹੈ ਮਨ ਮਹਿਲ ਚੱਲੇ, ਵਿਕਾਰ ਨਹੀਂ ਖਾਣਾ ਚਾਹੀਦਾ, ਚੰਗਾ ਖਾਓ, ਠੀਕ ਹੈ, ਚੰਗੇ ਪਾਸੇ ਤੁਰੋ, ਚੰਗੇ ਰਸਤੇ 'ਤੇ ਚੱਲੋ, ਆਪਣੀ ਸੋਚ ਨੂੰ ਡਿਵੈਲਪ ਕਰੋ, ਆਪਣੇ ਸਮਾਜ ਨੂੰ ਡਿਵੈਲਪ ਕਰੋ, ਠੀਕ ਹੈ। ਇਹ ਸਾਡੇ ਸੱਭਿਆਚਾਰ ਦੇ ਵਿੱਚ ਸਾਡੇ ਗੁਰੂ ਸਾਹਿਬਾਨਾਂ ਦਾ ਬੜਾ ਵੱਡਾ ਵਿਰਸੇ ਦਾ ਬੜਾ ਵੱਡਾ ਰੋਲ ਹੈ। ਗੁਰਮਤ ਵਿਰਸਾ, ਗੁਰਮਤ ਸੱਭਿਆਚਾਰ ਮੈਂ ਕਹੂੰਗਾ, ਸਿੱਖ ਸੱਭਿਆਚਾਰ, ਪੰਜਾਬੀ ਸੱਭਿਆਚਾਰ, ਇਹ ਸਾਰਾ ਇੱਕ ਹੀ ਹੈਗਾ। ਤਾਂ ਇਹ ਸਾਨੂੰ ਬੜੀ ਤਾਕਤ ਦਿੰਦਾ ਹੈ, ਐਨਰਜੀ ਦਿੰਦਾ ਹੈ। ਅੰਕਲ, ਸੱਭਿਆਚਾਰ ਦਾ ਜੋ ਹਾਲ ਅਸੀਂ ਅੱਜ ਕੱਲ੍ਹ ਦੇਖ ਰਹੇ ਹਾਂ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਪਹਿਲਾਂ ਤੁਹਾਡੇ ਨਾਲ ਗੱਲ ਕੀਤੀ ਹੈ ਬੱਚਿਓ, ਬੜਾ ਵਧੀਆ ਸਵਾਲ ਹੈ ਕਿ ਬੜੀ ਸ਼ਰਾਰਤੀ ਤਰੀਕੇ ਦੇ ਨਾਲ ਸਿੱਖ ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰ ਨੂੰ ਅਲੱਗ ਅਲੱਗ ਕੀਤਾ ਗਿਆ। ਤਾਂ ਪੰਜਾਬੀ ਸੱਭਿਆਚਾਰ ਦੇ ਨਾਮ ਦੇ ਹੇਠਾਂ ਪਿੱਛੇ ਬੈਨਰ ਵੀ ਲਾਇਆ ਹੁੰਦਾ, ਸਲੋਗਨ ਵੀ ਲਾਏ ਹੁੰਦੇ ਆ, ਆਡੀਓ ਵੀਡੀਓ ਤਿਆਰ ਕੀਤੀਆਂ ਜਾਂਦੀਆਂ, ਫਿਲਮਾਂ ਤਿਆਰ ਹੁੰਦੀਆਂ ਨੇ, ਸ਼ੂਟ ਕੀਤੀਆਂ ਜਾਂਦੀਆਂ ਪੰਜਾਬੀ ਵਿਰਸੇ ਦੇ ਨਾਂ 'ਤੇ ਜਾਂ ਸੱਭਿਆਚਾਰ ਦੇ ਨਾਂ 'ਤੇ। ਤਾਂ ਉਹਨੂੰ ਵੈਸਟਰਨ ਕਲਚਰ ਜਿਹੜਾ ਵਿਦੇਸ਼ੀਆਂ ਦਾ ਹੈਗਾ, ਉਹਨਾਂ ਨੂੰ ਕਾਪੀ ਕਰਕੇ ਉਹਦੇ ਵਿੱਚ ਮਿਲਾ ਦਿੱਤਾ ਗਿਆ ਹੈਗਾ, ਮਿਲਗੋਬਾ ਜਿਹਾ ਬਣ ਗਿਆ ਹੈਗਾ। ਤਾਂ ਦੂਸਰਾ ਡੀਜੇ ਕਲਚਰ, ਗੰਦੇ ਅਸੱਭਿਅਕ ਜਿਹੜੇ ਗੀਤ ਹੈ ਉਹਦੇ ਵਿੱਚ ਪਰੋਸ ਕੇ ਅਸ਼ਲੀਲਤਾ, ਲੱਚਰਤਾ ਹੈ ਜਿਹੜੀ, ਉਹ ਪਰੋਸੀ ਜਾ ਰਹੀ ਹੈਗੀ ਹੈ। ਤਾਂ ਇਸ ਕਰਕੇ ਇਹ ਇੱਕ ਪਿਛਲੇ ਖਾਸ ਕਰਕੇ 25-30 ਸਾਲਾਂ ਤੋਂ ਇਹ ਬੜੀ ਨਿਘਾਰਦੇ ਵਾਲੇ ਪਾਸੇ ਜਾ ਰਿਹਾ ਹੈਗਾ। ਤਾਂ ਇਹਦੇ ਜਿਹੜੇ ਸਿੱਟੇ ਨੇ ਉਹ ਭਿਅੰਕਰ ਅੱਜ ਨਜ਼ਰ ਵੀ ਆ ਰਹੇ ਹੈਗੇ ਆ। ਔਰ ਇਹ ਹੋਰ ਅਗਰ ਇਸ 'ਤੇ ਗੰਭੀਰ ਚਰਚਾ ਨਾ ਕੀਤੀ ਗਈ, ਜਿਵੇਂ ਆਪਾਂ ਬੈਠ ਕੇ ਗੱਲ ਕਰ ਰਹੇ ਹਾਂ, ਵਿਚਾਰ ਨਾ ਕੀਤੇ ਗਏ, ਨਾ ਅਸੀਂ ਜਾਗਰੂਕ ਹੋਏ, ਅਵੇਅਰ ਨਾ ਹੋਏ, ਤਾਂ ਇਹਦਾ ਬੜਾ ਵੱਡਾ ਹੋਰ ਵੀ ਨੁਕਸਾਨ ਹੋਏਗਾ। ਅੰਕਲ, ਇਸ ਮਿਲਾਵਟ ਦਾ ਸੋਸਾਇਟੀ 'ਤੇ ਕੀ ਅਸਰ ਹੋ ਰਿਹਾ ਅਤੇ ਬੱਚਿਆਂ 'ਤੇ ਵੀ? ਜੀ, ਆ ਜਿਵੇਂ ਤੁਸੀਂ ਬੱਚੇ ਹੋ ਜਾਂ ਸਾਡੀ ਸੋਸਾਇਟੀ ਹੈ, ਅੱਜ ਤੋਂ 35-40 ਸਾਲ ਪਹਿਲਾਂ ਜਦੋਂ ਇਹ ਗੇਮ ਸ਼ੁਰੂ ਕੀਤੀ ਗਈ, ਕੁਛ ਜਿਹੜੇ ਸਾਡੇ ਪੰਜਾਬੀਅਤ ਨੂੰ ਖਤਮ ਕਰਨਾ ਚਾਹੁੰਦੇ ਆ, ਜਿਹੜੇ ਸਾਡੇ ਇਸ ਸੋਹਣੇ ਹੱਸਦੇ ਵੱਸਦੇ ਪੰਜਾਬ ਨੂੰ ਖਤਮ ਕਰਨਾ ਚਾਹੁੰਦੇ ਆ, ਹੈਗੇ ਨੇ ਐਸੀ ਸੋਚ ਵਾਲੇ ਜਿਹੜੇ ਇਹਨੂੰ ਹਮੇਸ਼ਾ ਦਬਾ ਕੇ ਰੱਖਣਾ ਚਾਹੁੰਦੇ ਆ। ਤਾਂ ਉਹਨਾਂ ਲੋਕਾਂ ਨੇ ਕੀ ਕੀਤਾ ਕਿ ਇਹ ਦੇਖਿਆ ਕਿ ਜਿਹੜੇ ਪੰਜਾਬੀ ਨੇ ਸੰਗੀਤ ਬਹੁਤ ਸੁਣਦੇ ਆ, ਗੀਤ ਬਹੁਤ ਸੁਣਦੇ ਆ, ਇਹਨਾਂ ਦੇ ਵਿਆਹਾਂ ਸ਼ਾਦੀਆਂ 'ਚ, ਇਹਨਾਂ ਦੇ ਹਰ ਖੁਸ਼ੀ ਦੇ ਪ੍ਰੋਗਰਾਮਾਂ ਦੇ ਵਿੱਚ ਮੀਨਿੰਗ ਗੀਤ ਸੰਗੀਤ ਹੈ ਜਿਹੜਾ ਉਹ ਚੱਲਦਾ ਰਹਿੰਦਾ ਹੈਗਾ। ਤਾਂ ਜਦੋਂ ਇਹ ਆਪਣੇ ਘਰਾਂ ਦੇ ਵਿੱਚ TV ਉੱਪਰ, ਮੋਬਾਈਲ ਦੇ ਉੱਪਰ, ਕੰਪਿਊਟਰ ਲੈਪਟੋਪ ਦੇ ਉੱਪਰ, ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ, ਆਪਣੇ ਖੁਸ਼ੀ ਦੇ ਪ੍ਰੋਗਰਾਮਾਂ ਦੇ ਵਿੱਚ ਇਹ ਗਾਣੇ ਸੁਣਦੇ ਆ, ਤਾਂ ਉਹਨਾਂ ਗਾਣਿਆਂ ਵਿੱਚ ਅਗਰ ਗਲਤ ਮਟੀਰੀਅਲ ਪਾ ਦਿੱਤਾ ਜਾਏ ਤਾਂ ਇਹਨਾਂ ਦੇ ਬ੍ਰੇਨ ਦੀ ਪ੍ਰੋਗਰਾਮਿੰਗ ਮੀਨਿੰਗ ਅਸੀਂ ਕਰ ਸਕਦੇ ਹਾਂ। ਇੱਕ ਕਿਸੇ ਵਿਦਵਾਨ ਨੇ ਬੜਾ ਸੋਹਣਾ ਕਿਹਾ ਕਿ ਤੁਸੀਂ ਕਿਸੇ ਸੂਬੇ ਦਾ, ਕਿਸੇ ਦੇਸ਼ ਦਾ ਜਾਂ ਕਿਸੇ ਕੌਮ ਦਾ ਭਵਿੱਖ ਕਿਹੋ ਜਿਹਾ ਹੋਵੇ ਉਹ ਮੇਰੇ ਤੋਂ ਪੁੱਛਣਾ ਚਾਹੁੰਦੇ ਹੋ, ਤਾਂ ਉਹਨਾਂ ਦੇ ਵਿਆਹ ਸ਼ਾਦੀਆਂ 'ਚ, ਉਹਨਾਂ ਦੇ ਪਰਿਵਾਰਾਂ ਦੇ ਵਿੱਚ ਕਿਵੇਂ ਦੇ ਗੀਤ ਵੱਜਦੇ ਨੇ, ਕਿਵੇਂ ਦੇ ਗਾਣੇ ਚੱਲਦੇ ਨੇ, ਕੀ ਗਾਉਂਦੇ ਨੇ ਉਹ ਮੈਨੂੰ ਲਿਆ ਕੇ ਸੁਣਾ ਦਿਉ, ਮੈਂ ਉਹਨਾਂ ਦਾ ਆਉਣ ਵਾਲਾ ਭਵਿੱਖ ਦੱਸ ਸਕਦਾ।
ਤਾਂ ਜਿਹੜਾ ਨਿਘਾਰ ਆਪਣੇ ਹੁਣ ਇਹਨਾਂ ਗੀਤਾਂ ਦੇ ਵਿੱਚ ਆਇਆ ਹੈਗਾ, ਮੀਨਿੰਗ ਪੱਗ 'ਤੇ ਕੋਈ ਗੱਲ ਕਰਨੀ ਆ, ਉਹ ਨੁਕਸਾਨ ਕਿਵੇਂ ਕਰਦੇ ਆ ਸਾਡੇ ਤੁਹਾਡੇ ਵਰਗੇ ਛੋਟੇ ਬੱਚਿਆਂ ਦੀ ਅਟੈਂਸ਼ਨ ਨੂੰ ਡਾਇਵਰਟ ਕਰਦੇ ਆ ਕਿ ਇਹ ਚੰਗਾ ਸੋਚ ਨਾ ਸਕਣ, ਠੀਕ ਹੈ, ਚੰਗਾ ਖਾ ਨਾ ਸਕਣ, ਚੰਗਾ ਪਹਿਨ ਨਾ ਸਕਣ। ਉਹ ਸ਼ੋ ਆਫ, ਲਿਸ਼ਕ ਪੁਸ਼ਕ, ਅਤੇ ਉਹਨਾਂ ਦੇ ਵਿੱਚ ਜਿਹੜੇ ਲਫਜ਼ ਪਾਏ ਜਾਂਦੇ ਆ ਉਹ ਬੜੇ ਭੱਦੇ ਆ। ਪੱਗ ਬਾਰੇ ਗੱਲ ਕਰਨੀ ਹੋਵੇ ਕਿ ਅਸੀਂ ਪੰਜਾਬੀ ਹਾਂ, ਸਰਦਾਰ ਹਾਂ, ਤਾਂ ਉਹ ਕਹਿੰਦੇ ਆ ਜੀ ਆ ਗਏ ਪੱਗਾਂ ਪੋਚਵੀਆਂ ਵਾਲੇ ਅਤੇ ਤੂੰ ਬਚ ਜਾ ਦੁਪੱਟੇ ਵਾਲੀਏ ਕੁੜੀਏ। ਉਹ ਇਹਦਾ ਮੀਨਿੰਗ ਹੈ, ਇਹਦੇ ਪਿੱਛੇ ਇੱਕ ਥਿੰਕਿੰਗ ਕੰਮ ਕਰਦੀ ਹੈ ਕਿ ਵੀ ਆ ਪੱਗਾਂ ਪੋਚਵੀਆਂ ਵਾਲੇ ਮੁੰਡੇ ਆ ਗਏ ਆ, ਚੁੰਨੀ ਵਾਲੀਏ ਦੁਪੱਟੇ ਵਾਲੀਏ ਕੁੜੀਏ, ਇਹ ਕਰੈਕਟਰਲੈਸ ਬੰਦੇ ਆ, ਇਹਨਾਂ ਦਾ ਕੋਈ ਕਿਰਦਾਰ ਨਹੀਂ ਹੈ, ਇਹ ਗੁੰਡੇ ਬਦਮਾਸ਼ ਆ, ਇਹ ਡਾਕੂ ਨੇ, ਇਹਨਾਂ ਤੋਂ ਬਚ ਕੇ ਰਹੀ ਤੂੰ ਦੁਪੱਟੇ ਵਾਲੀਏ। ਔਰ ਸਾਡੇ ਮੁੰਡੇ ਕੁੜੀਆਂ ਐਸੇ ਗੀਤਾਂ 'ਤੇ ਭੰਗੜੇ ਪਾਉਂਦੇ ਆ ਸੱਭਿਆਚਾਰ ਦੇ ਨਾਂ 'ਤੇ, ਤਾਂ ਉਹਨਾਂ ਦਾ ਬ੍ਰੇਨ ਡਿਵੈਲਪ ਹੋਣਾ ਸ਼ੁਰੂ ਹੋ ਜਾਂਦਾ। ਪ੍ਰੋਗਰਾਮਿੰਗ ਹੁੰਦੀ ਹੈ ਕਿਸੇ ਵੀ ਕੰਪਿਊਟਰ ਲਾਈਨ ਦੇ ਵਿੱਚ ਕਿ ਕਿਸੇ ਸੋਫਟਵੇਅਰ ਨੂੰ ਡਿਜ਼ਾਇਨ ਕਰਨਾ, ਇਸੇ ਤਰ੍ਹਾਂ ਹੀ ਸਾਡੇ ਦਿਮਾਗ ਨੂੰ ਉਹਨਾਂ ਨੇ ਡਿਜ਼ਾਇਨ ਕਰਨਾ ਸ਼ੁਰੂ ਕੀਤਾ ਅੱਜ ਤੋਂ 35-40 ਸਾਲ ਪਹਿਲੇ। ਅਤੇ ਉਹਨਾਂ ਕਲਾਕਾਰਾਂ ਨੂੰ ਮਾਣ ਪੰਜਾਬ ਦਾ ਕਹਿ ਕੇ ਵੀ ਸਤਿਕਾਰ ਦਿੱਤਾ ਗਿਆ, ਰਿਸਪੈਕਟ ਕੀਤੀ ਗਈ ਕਿ ਇਹ ਪੰਜਾਬੀ ਦਾ ਮਾਣ ਹੈ। ਅਤੇ ਜੇ ਉਹਨਾਂ ਨੂੰ ਕਹੀਏ ਤਾਂ ਪੰਜਾਬ ਬਾਰੇ ਕੋਈ ਦੋ ਲਫਜ਼ ਬੋਲੋ ਤਾਂ ਉਹ ਕਹਿੰਦੇ ਆ ਜੀ ਆਪਣਾ ਪੰਜਾਬ ਹੋਵੇ, ਘਰ ਦੀ ਸ਼ਰਾਬ ਹੋਵੇ। ਇਹਦਾ ਮਤਬਲ ਆ, ਇਹਦਾ ਮੀਨਿੰਗ ਹੈ ਕਿ ਵੀ ਆਪਣਾ ਪੰਜਾਬ ਦੇ ਵਿੱਚ ਘਰ ਦੀ ਕੱਢਣੀ ਸ਼ਰਾਬ ਨਜਾਇਜ਼ ਹੁੰਦੀ ਆ। ਜਿਹੜੇ ਪੰਜਾਬੀ ਪੁੱਤ ਨੇ ਉਹ ਘਰ ਦੀ ਕੱਢਣ ਨਜਾਇਜ਼ ਆ, ਸਾਰੀ ਉਮਰ ਜੇਲ੍ਹ ਵਿੱਚ ਬਿਤਾਵੇ ਪੰਜਾਬੀ, ਠੀਕ ਹੈ ਜੀ। ਜਾਂ ਪੰਜਾਬੀ ਨੇ ਘਰ ਦੀ ਕੱਢੀ ਪੀਤੀ ਹੋਵੇ, ਨਾਲੀ ਵਿੱਚ ਉਹ ਡਿੱਗਿਆ ਹੋਵੇ ਅਤੇ ਕੁੱਤੇ ਇਹਦਾ ਮੂੰਹ ਚੱਟਣ, ਇਹ ਵਿਆਖਿਆ ਹੈ ਇਹਦੀ। ਮੀਨਿੰਗ ਇਹ ਮੈਂ ਤਾਂ ਕਰ ਰਿਹਾ ਤਾਂ ਜੋ ਤੁਸੀਂ ਅਤੇ ਅਸੀਂ ਸਾਰੇ ਇਸ 'ਤੇ ਧਿਆਨ ਦੇ ਸਕੀਏ ਕਿ ਇਹ ਗਾਣੇ ਸਾਡੇ ਦਿਮਾਗ ਨੂੰ ਕਿੱਦਾਂ ਡਾਇਵਰਟ ਕਰਕੇ, ਪ੍ਰੋਗਰਾਮਿੰਗ ਕਰਕੇ ਨੀਵੇਂ ਪੱਧਰ 'ਤੇ ਸਾਨੂੰ, ਕਿਉਂਕਿ ਸਾਨੂੰ ਫਿਰ ਪਤਾ ਹੀ ਨਹੀਂ ਲੱਗੇਗਾ ਸੱਚ ਕੀ ਹੈ ਅਤੇ ਝੂਠ ਕੀ ਹੈ, ਚੰਗਾ ਕੀ ਹੈ ਅਤੇ ਮਾੜਾ ਕੀ ਹੈ, ਠੀਕ ਹੈ। ਫਿਰ ਤੁਹਾਡੇ ਵਰਗੀਆਂ ਬੱਚੀਆਂ ਦੇ ਉੱਪਰ ਮੈਨੂੰ ਤਾਂ ਬੋਲਣ ਲੱਗਿਆ ਸ਼ਰਮ ਆਉਂਦੀ ਆ, ਟੋਟਾ ਏ ਪੀਸ ਏ ਪੁਰਜਾ ਏ ਕੁੜੀ ਨੂੰ 98% ਸੱਭਿਆਚਾਰ ਦੇ ਨਾਂ 'ਤੇ ਰਿਕਾਰਡ ਕੀਤੇ ਗਏ ਪੰਜਾਬੀ ਗੀਤਾਂ ਦੇ ਵਿੱਚ ਗੰਦੇ ਲਫਜ਼ ਪਾ ਪਾ ਕੇ, ਗੰਦਲੇ ਭੱਦੇ ਲਫਜ਼ ਪਾ ਪਾ ਕੇ ਉਹਨੂੰ ਪਲਿਊਟਡ ਕੀਤਾ ਗਿਆ, ਦੂਸ਼ਿਤ ਕੀਤਾ ਗਿਆ ਸਾਡੀ ਪੰਜਾਬੀ ਮਾਂ ਬੋਲੀ ਨੂੰ, ਜਿਹੜੀ ਮਿੱਠੀ ਬੋਲੀ ਆ, ਸਾਡੇ ਗੁਰੂਆਂ ਦੀ ਬੋਲੀ ਆ, ਚੰਗੇ ਵਿਦਵਾਨਾਂ ਦੀ ਬੋਲੀ ਆ, ਜਿਹੜੀ ਬੜੀ ਅਮੀਰ ਭਾਸ਼ਾ ਹੈ, ਉਹਨੂੰ ਪਲਿਊਸ਼ਿਤ ਕੀਤਾ ਗਿਆ ਹੈਗਾ, ਦੂਸ਼ਿਤ ਕੀਤਾ ਗਿਆ ਹੈਗਾ। ਤੂੰ ਟੋਟਾ ਏ ਪੀਸ ਏ ਪੁਰਜਾ ਏ, ਤੂੰ ਪਟਾਕਾ ਏ, ਤੂੰ ਪਹਿਲੇ ਤੋੜਦੀ ਸ਼ਰਾਬ ਵਰਗੀ ਹੈ, ਤੂੰ ਮਿੱਤਰਾਂ ਦੇ ਬੂਟ ਆਉਂਦੇ ਉਨੇ 'ਚ ਜਿੰਨੇ 'ਚ ਤੂੰ ਸੱਜਦੀ ਆ, ਪਿੰਕੀ ਮੋਗੇ ਵਾਲੀ ਪਤਾ ਨਹੀਂ ਕੀ, ਨੀ ਸੋਹਣੀਏ ਨੀ ਬੱਲੀਏ ਨੀ ਕੁੜੀਏ, ਕੋਈ ਬੱਚੇ ਉਹ ਛੱਡਿਆ ਹੀ ਨਹੀਂ ਹੈ, ਖਾਸ ਕਰਕੇ ਤੁਹਾਡੇ ਵਰਗੀਆਂ ਧੀਆਂ ਦੇ ਉੱਪਰ ਐਸੇ ਗੀਤ ਫੋਕਸ ਕਰਕੇ ਗਾਏ ਜਾਂਦੇ ਹੈਗੇ ਆ। ਔਰ ਸਾਡੇ ਪੰਜਾਬੀ ਆ ਵਿਚਾਰੇ ਉਹ ਸੁੱਤੇ ਹੋਏ ਨੇ, ਮਨੋਰੰਜਨ ਦੇ ਨਾਂ 'ਤੇ, ਐਂਟਰਟੇਨਮੈਂਟ ਦੇ ਨਾਂ 'ਤੇ ਐਸੀ ਬਕਵਾਸ ਜੀ ਜਿਹੜੀ ਬੋਲੀ ਜਾਂਦੀ ਆ ਉਸੇ ਨੂੰ ਹੀ ਪ੍ਰਵਾਨ ਕੀਤਾ ਹੋਇਆ, ਕਿਉਂਕਿ ਅਸੀਂ ਸੁੱਤੇ ਹੋਏ ਹਾਂ, ਸਾਡੇ ਲੋਕ ਸੁੱਤੇ ਹੋਏ ਨੇ, ਜਾਗੇ ਨਹੀਂ ਹੋਏ। ਉਹ ਮਾਦਾ ਸਾਡੇ ਪੰਜਾਬੀਆਂ ਦਾ ਜਿਹੜਾ ਸਾਡਾ ਸੱਭਿਆਚਾਰ ਸੀਗਾ ਕਿ ਗਲਤ ਦੇ ਅੱਗੇ ਡਟ ਕੇ ਖੜ ਜਾਣਾ ਕਿ ਇਹ ਮੇਰੇ ਸਮਾਜ ਨੂੰ ਗੰਦਾ ਕਰੇਗਾ, ਮੇਰੇ ਸਮਾਜ ਦਾ ਨੁਕਸਾਨ ਕਰੇਗਾ, ਉਹ ਅੱਜ ਸਾਡੇ ਪੰਜਾਬੀਆਂ ਦੇ ਵਿੱਚੋਂ ਵੀ ਮੁੱਕਦਾ ਜਾ ਰਿਹਾ। ਔਰ ਮੈਂ ਆਸ ਕਰਾਂਗਾ ਕਿ ਤੁਹਾਡੇ ਇੱਦਾਂ ਦੇ ਪ੍ਰੋਗਰਾਮਾਂ ਦੇ ਰਾਹੀਂ, ਫਤਿਹ ਟੀ ਵੀ ਦੀ ਇਸ ਤਰ੍ਹਾਂ ਦੇ ਯਤਨਾਂ ਦੇ ਰਾਹੀਂ ਸ਼ਾਇਦ ਕਿਸੇ ਦਾ ਹਿਰਦਾ ਜਿਹੜਾ ਉਹਦੇ ਵਿੱਚ ਇਹ ਆਵੇ ਕਿ ਹਾਂ ਸਾਨੂੰ ਇਹਦੇ 'ਤੇ ਕੰਮ ਕਰਨ ਦੀ ਲੋੜ ਹੈਗੀ ਹੈ, ਅਸੀਂ ਆਪਣੇ ਭੈਣਾਂ ਭਰਾਵਾਂ ਨੂੰ ਅਵੇਅਰ ਕਰੀਏ, ਜਾਗਰੂਕ ਕਰੀਏ, ਠੀਕ ਹੈ ਨਾ। ਤਾਂ ਇਹ ਸਾਰੀ ਜਿੰਨੀ ਗੇਮ ਹੈਗੀ ਹੈ ਇਹ ਪਲੈਨਿੰਗ ਦੇ ਨਾਲ ਕੀਤੀ ਜਾ ਰਹੀ ਹੈਗੀ ਹੈ। ਔਰ ਅੱਜ ਤੁਸੀਂ ਦੇਖੋ ਇਹਦੇ ਦੁਸ਼ਪ੍ਰਭਾਵ ਕਿਹੜੇ ਨੇ, ਨੌਜਵਾਨ ਨੇ ਜਿਹੜੇ ਉਹ ਆਮ ਕਰਕੇ 10% ਤੋਂ ਵੱਧ ਗੁਰਦੁਆਰਾ ਸਾਹਿਬ ਨਹੀਂ ਜਾਂਦੇ, ਜਿੱਥੇ ਸਾਡਾ ਅਸਲੀ ਸੱਭਿਆਚਾਰ ਸਾਨੂੰ ਪੜ੍ਹਾਇਆ ਜਾ ਸਕਦਾ, ਜਿੱਥੇ ਦੱਸਿਆ ਜਾ ਸਕਦਾ ਸਾਨੂੰ ਸਾਡਾ ਇਤਿਹਾਸ, ਸਾਡਾ ਵਿਰਸਾ। ਪਰ ਜਿੱਥੇ ਕੋਈ ਸਿੰਗਰ ਨੇ ਅਖਾੜਾ ਲਾਇਆ ਉੱਥੇ 90% ਤੋਂ ਵੱਧ ਹੁੰਦੇ ਆ ਜੀ ਜਾਂਦੇ ਆ, ਸਾਡੇ ਨੌਜਵਾਨ ਜਾਂਦੇ ਆ, ਕਿਉਂਕਿ ਉਹਨਾਂ ਨੂੰ ਮਿਊਜ਼ਿਕ ਉਹ ਜੋ ਐਂਟਰਟੇਨਮੈਂਟ ਦੇ ਨਾਂ 'ਤੇ ਦਿੰਦੇ ਆ ਉਹ ਲੱਭਣਾ ਉਹਦੇ 'ਚੋਂ ਕੁਛ ਨਹੀਂ ਹੈ,
ਦਿਮਾਗ ਦੀ ਗਲਤ ਪ੍ਰੋਗਰਾਮਿੰਗ ਤੋਂ ਬਿਨਾਂ ਕੁਛ ਨਹੀਂ ਹੈ, ਸਿਰਫ ਸ਼ੋਸ਼ੇਬਾਜ਼ੀ ਹੈ, ਸਿਰਫ ਲਿਸ਼ਕ ਪੁਸ਼ਕ ਹੈ, ਸਿਰਫ ਇੱਕ ਤੁਹਾਡੀ ਅਟੈਂਸ਼ਨ ਨੂੰ ਡਾਇਵਰਟ ਕਰਨ ਵਾਸਤੇ ਹੈ। ਠੀਕ ਹੈ ਨਾ, ਤਾਂ ਇਹਦੇ ਵਾਸਤੇ ਤੁਹਾਨੂੰ ਖੁਦ ਨੂੰ ਥੋੜ੍ਹਾ ਜਿਹਾ ਸਟੱਡੀ ਕਰਨਾ ਪਏਗਾ, ਪੜ੍ਹਨਾ ਪਏਗਾ, ਤਾਂ ਜੋ ਤੁਸੀਂ ਉਹਨਾਂ ਦੇ ਪ੍ਰਭਾਵ ਹੇਠ ਨਾ ਆ ਸਕੋ ਕਿ ਇਹ ਗਾਣੇ ਗਲਤ ਨੇ। ਚੰਗੇ ਗਾਣੇ ਵੀ ਬੜੇ ਆ। ਹੁਣ ਮੈਂ ਜਿਹੜੀ ਗੱਲ ਕਰ ਰਿਹਾ ਉਹ ਕਿਸੇ ਵਿਅਕਤੀ ਵਿਸ਼ੇਸ਼ ਜਾਂ ਕਿਸੇ ਕਲਾਕਾਰ ਦੇ ਖਿਲਾਫ ਨਹੀਂ ਹੈ, ਪਰ ਉਹਨਾਂ ਵੱਲੋਂ ਪਰੋਸੀ ਜਾ ਰਹੀ ਗਲਤ ਸੋਚ, ਗਲਤ ਭਾਵਨਾ ਜੋ ਮੇਰੇ ਪੰਜਾਬ ਨੂੰ, ਪੰਜਾਬੀਅਤ ਨੂੰ, ਮੇਰੇ ਅਸਲੀ ਸੱਭਿਆਚਾਰ ਨੂੰ ਬਰਬਾਦ ਕਰਦੀ ਹੈ, ਉਹਦੇ ਖਿਲਾਫ ਹੁਣ ਅੱਜ ਕੱਲ੍ਹ ਦੇ ਗਾਣੇ ਵਾਰਦਾਤ, ਉਹ ਸਾਡੇ ਪੰਜਾਬੀ ਕੰਮਕਾਰ ਵਾਲੇ ਜ਼ਿਮੀਂਦਾਰਾਂ ਦੇ ਮੁੰਡਿਆਂ ਨੂੰ ਜੱਟਾਂ ਦਾ ਨਾਂ ਲੈ ਲੈ ਕੇ ਕਹਿੰਦੇ ਆ, ਜਿਪਸੀ ਚੱਕ ਲਓ, ਟਕੂਏ ਚੱਕ ਲਓ, ਰਫਲਾਂ ਚੱਕ ਲਓ, ਬੰਦੂਕਾਂ ਚੱਕ ਲਓ, ਵੱਢ ਦਿਓ, ਟੁੱਕ ਦਿਓ, ਮਾਰ ਦਿਓ, ਅਤੇ ਮੁੜ ਕੇ ਕਚਹਿਰੀਆਂ 'ਚ ਮੇਲੇ ਲੱਗਦੇ। ਸੋ ਗਲਤ ਪ੍ਰੋਗਰਾਮਿੰਗ, ਇੱਕ ਫੁਕਰਪੁਣੇ ਵਾਲੀ ਥਿੰਕਿੰਗ ਸਾਡੇ ਯੂਥ ਵਿੱਚ ਤੁਹਾਡੇ ਵਰਗੇ ਬੱਚਿਆਂ 'ਤੇ ਥੋਪੀ ਜਾ ਰਹੀ ਹੈ, ਪਰੋਸੀ ਜਾ ਰਹੀ ਹੈ, ਤਾਂ ਇਹ ਓਵਰਆਲ ਨੁਕਸਾਨ ਹੀ ਆ। ਇਹਦੇ 'ਤੇ ਬੜੀ ਲੰਮੀ ਚੌੜੀ ਡਿਸਕਸ ਹੋ ਸਕਦੀ ਹੈ, ਵਿਚਾਰ ਚਰਚਾ ਹੋ ਸਕਦੀ ਹੈਗੀ ਹੈ। ਸੋ ਮੈਂ ਸਾਰੇ ਨੌਜਵਾਨਾਂ ਨੂੰ, ਤੁਹਾਡੇ ਵਰਗੇ ਛੋਟੇ ਬੱਚਿਆਂ ਨੂੰ, ਤੁਸੀਂ ਭਵਿੱਖੋ, ਤਾਂ ਇਹੀ ਬੇਨਤੀ ਕਰਾਂਗਾ ਕਿ ਇਸ ਸੋਚ ਨੂੰ ਅਸੀਂ ਸਮਝੀਏ। ਗਾਇਕੀ ਮਾੜੀ ਨਹੀਂ ਹੈ, ਸੰਗੀਤ ਮਾੜਾ ਨਹੀਂ ਹੈ, ਸਾਜ਼ ਮਾੜੇ ਨਹੀਂ ਹੈ, ਉਹਦੇ ਵਿੱਚ ਜੋ ਮਟੀਰੀਅਲ ਪਾ ਕੇ ਪਰੋਸਿਆ ਜਾ ਰਿਹਾ ਉਹ ਗਲਤ ਹੈ, ਉਸ ਨੂੰ ਬਦਲਣ ਦੀ ਲੋੜ ਹੈ। ਹੁਣ ਦੇਖੋ, ਸੰਗੀਤ ਤਾਂ ਗੁਰਬਾਣੀ ਵੀ ਹੈ, 31 ਰਾਗ ਨੇ, ਠੀਕ ਹੈ ਨਾ, ਤਾਂ ਉਹਦੇ 'ਚ ਪਰਮਾਤਮਾ ਦੀ, ਰੱਬ ਦੀ ਗੱਲ, ਮਾਨਵਤਾ ਦੀ ਗੱਲ, ਇਨਸਾਨਾਂ ਦੀ ਗੱਲ, ਮਨੁੱਖਤਾ ਦੀ ਗੱਲ ਕੀਤੀ ਗਈ ਹੈ। ਠੀਕ ਹੈ, ਤਾਂ ਸਾਨੂੰ ਉੱਧਰ ਧਿਆਨ ਦੇਣਾ ਚਾਹੀਦਾ। ਅੰਕਲ, ਸੱਭਿਆਚਾਰ ਨੂੰ ਬਚਾਉਣ ਲਈ ਬੱਚੇ ਕੀ ਕਰ ਸਕਦੇ ਨੇ? ਹਾਂ, ਬਹੁਤ ਵਧੀਆ ਸਵਾਲ ਹੈ। ਬੱਚਿਆਂ ਨੂੰ ਪਹਿਲਾਂ ਦੇਖ ਲੈਣਾ ਚਾਹੀਦਾ, ਹਰ ਚੀਜ਼ ਨੂੰ ਪਰਖਣ ਦਾ ਇੱਕ ਪੈਮਾਨਾ ਸਾਨੂੰ ਹੋਣਾ ਚਾਹੀਦਾ ਹੈਗਾ। ਤਾਂ ਉਹਦੇ ਵਾਸਤੇ ਥੋੜ੍ਹਾ ਜਿਹਾ ਪੜ੍ਹ ਲਈਏ ਅਸੀਂ ਕਿ ਸੱਭਿਆਚਾਰ ਕੀ ਹੈ, ਤਾਂ ਫਿਰ ਅਸੀਂ ਉਸਨੂੰ ਬਚਾ ਵੀ ਸਕਾਂਗੇ, ਉਸ ਬਾਰੇ ਜਾਣ ਲੈਣਾ, ਠੀਕ ਹੈ ਨਾ, ਤਾਂ ਹੀ ਅਸੀਂ ਬਚਾ ਸਕਦੇ ਹਾਂ। ਕੋਈ ਵੀ ਆਰਟਿਸਟ ਹੈ, ਕੋਈ ਵੀ ਕਲਾਕਾਰ ਹੈ, ਉਹਨੂੰ ਅਸੀਂ ਐਜ ਏ ਰੋਲ ਮਾਡਲ ਨਹੀਂ ਬਣਾ ਸਕਦੇ। ਵੈਸੇ ਅਸੀਂ ਮੰਨ ਲੈਂਦੇ ਹਾਂ ਕਿ ਉਹ ਬਹੁਤ ਮਸ਼ਹੂਰ ਹੈ, ਬੜਾ ਪਾਪੂਲਰ ਹੈਗਾ, ਅਤੇ ਸਾਰੇ ਉਹਨੂੰ ਦੇਖਣ ਸੁਣਨ, ਅਤੇ ਉਹਦੇ ਸ਼ੋਅ ਜਾਂ ਉਹਦੀਆਂ ਵੀਡੀਓ ਦੇ ਪਿੱਛੇ ਕਮਲੇ ਹੋ ਜਾਂਦੇ ਹਾਂ ਅਸੀਂ, ਪਰ ਉਹਨੇ ਦਿੱਤਾ ਕੀ ਸਾਨੂੰ, ਕੀ ਪਰੋਸਿਆ ਉਹਨੂੰ, ਸਾਡੇ ਸਾਹਮਣੇ ਰੱਖਿਆ ਕੀ, ਐਸਾ ਕੀ ਹੈ। ਸਿਰਫ ਇੱਕ ਫੋਬੀਆ ਕ੍ਰੀਏਟ ਕੀਤਾ ਜਾਂਦਾ, ਤਿਆਰ ਕੀਤਾ ਜਾਂਦਾ, ਇੱਕ ਹਿਊਮਰ ਕ੍ਰੀਏਟ ਕੀਤਾ ਜਾਂਦਾ, ਤਾਂ ਅਸੀਂ ਸਾਰੇ ਉਹਦੀ ਚਪੇਟ ਵਿੱਚ ਆ ਜਾਂਦੇ। ਔਰ ਸਾਡਾ ਸੱਭਿਆਚਾਰ ਕਿਸੇ ਤੋਂ ਪ੍ਰਭਾਵਿਤ ਹੋਣ ਦਾ ਨਹੀਂ ਹੈ, ਆਪਣੇ ਸੱਭਿਆਚਾਰ ਨਾਲ ਦੂਜਿਆਂ ਨੂੰ ਪ੍ਰਭਾਵਿਤ ਕਰਨ ਦਾ। ਸਾਡਾ ਸੱਭਿਆਚਾਰ 'ਤੇ ਦੇਖੋ, ਅੰਗਰੇਜ਼ ਪੜ੍ਹਦੇ ਨੇ ਸਾਡੇ ਸੱਭਿਆਚਾਰ ਨੂੰ, ਤਾਂ ਉਹ ਇੱਕ ਮੈਗਜ਼ੀਨ 'ਚ ਵੀ ਲਿਖਦੇ ਆ ਕਿ ਸੰਸਾਰ ਦਾ ਸਭ ਤੋਂ ਮਹਾਨ ਜਰਨੈਲ ਨੀਤੀਵਾਨ ਕੌਣ ਹੈ, ਤਾਂ ਸਰਦਾਰ ਹਰੀ ਸਿੰਘ ਨਲੂਆ ਦਾ ਨਾਮ ਇੱਕ ਨੰਬਰ 'ਤੇ ਉਹਨਾਂ ਨੂੰ ਲਿਖਣਾ ਪੈਂਦਾ, ਤਾਂ ਉਹਨਾਂ ਨੂੰ ਇਹ ਚੀਜ਼ ਪਤਾ ਲੱਗ ਗਈ ਕਿਉਂਕਿ ਉਹਨਾਂ ਨੇ ਸਟੱਡੀ ਕਰ ਲਿਆ। ਤਾਂ ਜੇ ਅਸੀਂ ਥੋੜ੍ਹਾ ਜਿਹਾ ਸਟੱਡੀ ਕਰ ਲਾਂਗੇ ਕਿ ਸਾਡੀ ਹੋਂਦ, ਸਾਡੀ ਹਸਤੀ, ਆਹ ਸਾਡਾ ਸਿੱਖ ਸੱਭਿਆਚਾਰ, ਜਿਹੜਾ ਅਸਲੀ ਪੰਜਾਬੀ ਸੱਭਿਆਚਾਰ ਆ, ਜੋ ਸਾਨੂੰ ਸਾਡੇ ਗੁਰੂ ਸਾਹਿਬਾਨਾਂ ਨੇ ਦਿੱਤਾ ਹੈਗਾ, ਚੰਗਾ ਖਾਣ ਦਾ, ਚੰਗਾ ਪਹਿਨਣ ਦਾ, ਚੰਗਾ ਬੋਲਣ ਦਾ, ਚੰਗਾ ਸੁਣਨ ਦਾ, ਤਾਂ ਫਿਰ ਇਹੋ ਜਿਹੇ ਲੋਕਾਂ ਦਾ ਪ੍ਰਭਾਵ ਅਸੀਂ ਕਬੂਲਾਂਗੇ ਨਹੀਂ, ਫਿਰ ਅਸੀਂ ਰੋਕਾਂਗੇ। ਜਦੋਂ ਉਹਨਾਂ ਦੀਆਂ ਵੀਡੀਓ, ਉਹਨਾਂ ਦੇ ਗਾਣੇ ਹੀ ਨਹੀਂ ਅਸੀਂ ਸੁਣਾਂਗੇ, ਉਹਨਾਂ ਦੇ ਸ਼ੋਅ ਹੀ ਨਹੀਂ ਅਸੀਂ ਲਵਾਵਾਂਗੇ ਆਪਣੇ ਵਿਆਹ ਸ਼ਾਦੀਆਂ 'ਤੇ, ਤਾਂ ਉਹ ਨਹੀਂ ਇਹੋ ਜਿਹਾ ਕੁਛ ਬੋਲਣਗੇ। ਪਰ ਸਾਡੀ ਇਹ ਸਮੱਸਿਆ ਹੈਗੀ ਹੈ ਕਿ ਅਸੀਂ ਉਸੇ ਨੂੰ ਹੀ ਸਭ ਕੁਛ ਕਿ ਇਹ ਤਾਂ ਬੜਾ ਮਸ਼ਹੂਰ, ਬੜਾ ਤਕੜਾ ਆਰਟਿਸਟ ਹੈ, ਬੜੀ ਇਹਨੂੰ ਜਾਣਕਾਰੀ ਹੈਗੀ ਹੈ, ਬੜਾ ਮਸ਼ਹੂਰ ਹੈ, ਲੋਕ ਪਾਗਲ ਹੈ, ਇਹਦੇ ਪਿੱਛੇ ਬੜੇ ਫੈਨ ਨੇ, ਤਾਂ ਅਸੀਂ ਇਹ ਮੰਨ ਲੈਂਦੇ ਹਾਂ ਕਿ ਸ਼ਾਇਦ ਇਹਨੂੰ ਬੜੀ ਜ਼ਿਆਦਾ ਨੌਲੇਜ ਹੋਏਗੀ। ਕਾਹਦੀ ਨੌਲੇਜ ਹੈ ਇਸਨੂੰ? ਠੀਕ ਹੈ ਨਾ, ਉਹ ਸੋਸ਼ਲ ਮੀਡੀਆ ਰਾਹੀਂ ਜਾਂ ਆਮ ਦੂਸਰੇ ਮੀਡੀਆ ਰਾਹੀਂ, ਪੇਡ ਮੀਡੀਆ ਦੇ ਰਾਹੀਂ ਉਹ ਮਸ਼ਹੂਰ ਹੋ ਗਏ ਹੈ, ਠੀਕ ਹੈ ਨਾ, ਪਰ ਉਹਨਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਅਸੀਂ ਸਮਾਜ ਨੂੰ ਦੇਣਾ ਕੀ ਹੈ। ਉਹ ਸਿਰਫ ਬਿਜ਼ਨਸ ਮਾਈਂਡਡ ਲੋਕ ਨੇ, ਮਨੀ ਮਾਈਂਡਡ ਲੋਕ ਨੇ। ਚਲੋ, ਬਿਜ਼ਨਸ ਵੀ ਕਰਨਾ ਚੰਗੇ ਤਰੀਕੇ ਨਾਲ ਮਾੜੀ ਗੱਲ ਨਹੀਂ ਹੈ, ਤੁਸੀਂ ਗਾਓ, ਪੈਸੇ ਵੀ ਕਮਾਓ, ਪਰ ਚੰਗਾ ਤਾਂ ਦਿਓ ਨਾ ਕੁਛ, ਠੀਕ ਹੈ ਨਾ, ਜਿਹੜਾ ਮੇਰੇ ਸਮਾਜ ਨੂੰ ਉੱਪਰ ਲੈ ਕੇ ਜਾ ਸਕੇ, ਤੁਹਾਡੇ ਵਰਗੇ ਬੱਚਿਆਂ ਨੂੰ ਅੱਗੇ, ਮੀਨਿੰਗ ਤੁਹਾਡੇ ਵਰਗੇ ਬੱਚਿਆਂ ਦਾ ਦਿਮਾਗ ਹੋਰ ਵਿਕਸਿਤ ਹੋ ਸਕੇ। ਇਹ ਵਿਕਸਿਤ ਕਰਨ ਦੀ ਬਜਾਏ ਉਹਨੂੰ ਰੋਕਿਆ ਜਾਂਦਾ,
ਸੋ ਤੁਹਾਡਾ ਬੜਾ ਯੋਗਦਾਨ ਰਹੇਗਾ ਇਹਦੇ ਵਿੱਚ ਜੇ ਤੁਸੀਂ ਇਹਨੂੰ ਥੋੜ੍ਹਾ ਜਿਹਾ ਸਮਝ ਕੇ ਇੱਧਰ ਧਿਆਨ ਦੇ ਕੇ ਕਿ ਨਹੀਂ ਇਹ ਚੀਜ਼ ਇੱਕ ਇੱਕ ਤਰ੍ਹਾਂ ਦਾ ਐਂਟੀਵਾਇਰਸ ਅਗਰ ਅਸੀਂ ਆਪਣੀ ਸੋਚ ਦਿਮਾਗ ਵਿੱਚ ਪਾ ਲਾਂਗੇ ਨਾ ਤਾਂ ਫਿਰ ਸਮਝਣਾ ਸੌਖਾ ਹੋ ਜਾਏਗਾ, ਔਖਾ ਨਹੀਂ ਹੈ। ਹਰ ਚੀਜ਼ ਨੂੰ ਬਸ ਉਹਦੇ 'ਤੇ ਵਾਹ ਖੜੀ ਕਰ ਦਿਉ ਕਿ ਇਹ ਕਿੱਧਰ ਨੂੰ ਜਾ ਰਹੀ ਹੈ ਗੱਲ। ਚੰਗਾ ਸੰਗੀਤ ਵੀ ਬੜਾ, ਚੰਗੇ ਗਾਣੇ ਵੀ ਬੜੇ ਆ, ਉਹ ਸਾਡਾ ਸਿੱਖ ਸੱਭਿਆਚਾਰ ਕਿੰਨਾ ਅਮੀਰ ਹੈ, ਉਹਦੇ 'ਤੇ ਵੀ ਅਸੀਂ ਆਨੰਦ ਮਾਣ ਸਕਦੇ ਹਾਂ ਕਿਉਂਕਿ ਉਹ ਲੌਂਗ ਟਾਈਮ, ਲੰਮਾ ਸਮਾਂ ਚੱਲਣ ਵਾਲਾ। ਉਹ ਕਲਾਕਾਰ ਤਾਂ ਅੱਜ ਆਏ 6 ਮਹੀਨੇ ਕੋਈ ਸਾਲ, ਉਦੋਂ ਬਾਅਦ ਲੱਭਦਾ ਨਹੀਂ, ਠੀਕ ਹੈ ਨਾ। ਜਿਹੜੇ ਸਾਡੇ ਕਲਾਕਾਰ ਨੇ ਉਹ ਤਾਂ ਹਮੇਸ਼ਾ ਸਾਡੇ ਦਿਲਾਂ 'ਚ, ਦਿਮਾਗਾਂ 'ਚ ਰਹਿਣੇ ਚਾਹੀਦੇ ਆ, ਠੀਕ ਹੈ, ਜਿਹਦੇ 'ਤੇ ਸਾਡੀ ਹੋਂਦ ਹੈ। ਹਾਂਜੀ ਜੀ ਅੰਕਲ, ਤੁਸੀਂ ਜਿਹੜਾ ਸਿੰਗ ਰੌਕਸ ਨਾਮ ਦਾ ਗਰੁੱਪ ਚਲਾ ਰਹੇ ਹੋ, ਇਸ ਦਾ ਆਈਡੀਆ ਤੁਹਾਨੂੰ ਕਿੱਥੋਂ ਆਇਆ ਤੇ ਇਸ ਦਾ ਕਨਸੈਪਟ ਕੀ ਹੈ? ਸਿੰਗ ਰੌਕਸ ਹੈ ਜਿਹੜਾ, ਇਹ ਆਈਡੀਆ ਗੁਰੂ ਨਾਨਕ ਸਾਹਿਬ ਤੋਂ ਆਇਆ ਕਿ ਗੁਰੂ ਨਾਨਕ ਸਾਹਿਬ ਇਕੱਲੇ ਨੇ ਅਤੇ ਉਹ ਇਤਿਹਾਸ ਕਹਿੰਦਾ, ਸਾਡਾ ਹਿਸਟਰੀ ਕਹਿੰਦੀ ਹੈ, ਸਾਡਾ ਸੱਭਿਆਚਾਰ ਕਹਿੰਦਾ ਕਿ 3 ਤੋਂ 4 ਕਰੋੜ ਲੋਕਾਂ ਨੇ ਗੁਰੂ ਨਾਨਕ ਸਾਹਿਬ ਨੂੰ ਫੋਲੋ ਕੀਤਾ। ਕਿਵੇਂ ਕੀਤਾ? ਇਹਦੇ 'ਤੇ ਮੈਂ ਕਾਫੀ ਸਟੱਡੀ ਕੀਤੀ, ਸਮਝਣ ਦੀ ਕੋਸ਼ਿਸ਼ ਕੀਤੀ, ਵਿਦਵਾਨਾਂ ਨਾਲ ਬੈਠਣ ਦੀ ਕੋਸ਼ਿਸ਼ ਕੀਤੀ ਤਾਂ ਸਮਝ ਆਇਆ ਕਿ ਗੁਰੂ ਨਾਨਕ ਸਾਹਿਬ 2 ਫਾਰਮੂਲਿਆਂ 'ਤੇ ਕੰਮ ਕਰਦੇ ਆ। ਇੱਕ ਫਾਰਮੂਲਾ ਹੈਗਾ ਸੰਗੀਤ ਦਾ ਹੀ, ਸਭ ਤੋਂ ਵੱਡਾ, ਮੈਂ ਜੇ ਭੁੱਲਦਾ ਨਾ ਹੋਵਾਂ ਤਾਂ 19 ਰਾਗ ਲੋਕਾਂ ਦੇ ਰਾਗ। ਹੁਣ ਤੁਸੀਂ ਦੇਖੋ ਗੁਰੂ ਨਾਨਕ ਸਾਹਿਬ ਕਿੱਦਾਂ ਕੰਮ ਕਰਦੇ ਆ, 19 ਰਾਗ ਲੋਕਾਂ ਦੇ ਰਾਗ ਨੇ। ਉਹ ਜਿਸ ਇਲਾਕੇ 'ਚ ਜਾਂਦੇ ਨੇ ਉਹਨਾਂ ਦੀ ਬੋਲੀ, ਇਕੱਲੀ ਬੋਲੀ ਹੀ ਨਹੀਂ, ਬੋਲੀ ਦਾ ਐਕਸੈਂਟ, ਉਹਦਾ ਬੋਲਣ ਦਾ ਲਹਿਜ਼ਾ, ਜਿੱਦਾਂ ਆਪਣੇ ਪੰਜਾਬ 'ਚ ਵੀ ਅੱਜ ਅਸੀਂ ਦੇਖਦੇ ਹਾਂ 40-50 ਕਿਲੋਮੀਟਰ ਬਾਅਦ ਸਾਡੀ ਪੰਜਾਬੀ ਬੋਲੀ ਨੂੰ ਹੀ ਬੋਲਣ ਦਾ ਲਹਿਜ਼ਾ ਹੀ ਬਦਲ ਜਾਂਦਾ। ਤਾਂ ਗੁਰੂ ਸਾਹਿਬ ਨੇ ਉਹ ਲਹਿਜ਼ੇ ਤੱਕ ਜਾ ਕੇ ਲੋਕਾਂ ਨੂੰ ਸਮਝਣ ਦਾ ਯਤਨ ਕੀਤਾ, ਸਮਝਿਆ। ਉਹਨਾਂ ਦਾ ਰਾਗ, ਉਹਨਾਂ ਦੀ ਕੰਪੋਜੀਸ਼ਨ ਜਿਹੜੀ ਉਹਨਾਂ ਨੂੰ ਮਿੱਠੀ ਲੱਗਦੀ ਆ, ਉਹ ਐਜ਼ ਏ ਟੂਲ, ਐਜ਼ ਏ ਬਰਤਨ ਲਈ ਹੈ। ਉਹਦੇ ਵਿੱਚ ਉਹਨਾਂ ਨੇ ਆਪਣੀ ਬਾਣੀ, ਗੁਰਬਾਣੀ, ਤੁਰਕੀ ਬਾਣੀ ਰੱਖੀ ਹੈ ਅਤੇ ਲੋਕਾਂ ਸਾਹਮਣੇ ਪਰੋਸੀ ਹੈ, ਉਹਨਾਂ ਨੇ ਐਕਸੈਪਟ ਕੀਤਾ ਲੋਕਾਂ ਨੇ। ਅਤੇ ਇਹ ਫਾਰਮੂਲਾ ਜਿਹੜਾ ਕਦੀ ਫੇਲ ਨਹੀਂ ਹੁੰਦਾ। ਗੁਰੂ ਨਾਨਕ ਸਾਹਿਬ ਜੀ ਨੇ ਫਿਰ 19 ਰਾਗ, ਫਿਰ ਇਹੀ ਅੱਗੇ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਸਾਹਿਬ, ਗੁਰੂ ਰਾਮਦਾਸ ਸਾਹਿਬ, ਜਿਵੇਂ ਸਾਡੇ ਘਰਾਂ ਦੇ ਵਿੱਚ ਘੋੜੀਆਂ ਗਾਈਆਂ ਜਾਂਦੀਆਂ ਵਿਆਹ ਵੇਲੇ, ਮਾਈਆਂ ਬੀਬੀਆਂ ਇਕੱਠੀਆਂ ਹੋ ਕੇ ਘੋੜੀਆਂ ਕੱਢਦੀਆਂ ਨੇ, ਤਾਂ ਉਹ ਗੁਰੂ ਗ੍ਰੰਥ ਸਾਹਿਬ 4ਵੇਂ ਪਾਤਸ਼ਾਹ ਗੁਰੂ ਰਾਮਦਾਸ ਜੀ ਹੋਰਾਂ ਨੇ ਲਿਖੀਆਂ ਹੋਈਆਂ ਨੇ, ਠੀਕ ਹੈ। ਇਹ ਸਭ ਕੁਛ ਜਦੋਂ ਮੈਂ ਪੜ੍ਹਿਆ, ਸਮਝਿਆ, ਖਾਸ ਕਰਕੇ ਗੁਰੂ ਨਾਨਕ ਸਾਹਿਬ ਨੂੰ, ਤਾਂ ਉਹ ਜਿਵੇਂ ਜਿਵੇਂ ਵਹਿਮ ਭਰਮ ਪਖੰਡ ਫੈਲਾਉਣ ਲਈ ਨਾਟਕ ਕੀਤੇ ਜਾਂਦੇ ਸੀਗੇ, ਜਿੱਦਾਂ ਕੋਈ ਪਾਣੀ ਵਿੱਚ ਖੜਿਆ ਹੈਗਾ ਅਤੇ ਉਹ ਸੂਰਜ ਵੱਲ ਨੂੰ ਮੂੰਹ ਕਰਕੇ ਪਾਣੀ ਸੁੱਟ ਰਿਹਾ, ਅਤੇ ਗੁਰੂ ਸਾਹਿਬ ਬਾਹਰ ਖੜ ਕੇ ਵੀ ਉਹਨੂੰ ਕਹਿ ਸਕਦੇ ਸੀ ਵੀ ਇੱਦਾਂ ਗੱਲ ਨਹੀਂ ਬਣਨੀ, ਪਰ ਉਹਦੇ ਬਰਾਬਰ ਜਾਂਦੇ ਨੇ। ਇਹ ਇੱਕ ਨਾਟਕੀ ਰੂਪ ਹੈ। ਗੁਰੂ ਸਾਹਿਬ ਕਹਿੰਦੇ ਤੁਸੀਂ ਨਾਟਕ ਕਰ ਰਹੇ ਹੋ ਮਨਮਤ ਫੈਲਾਉਣ ਲਈ, ਤਾਂ ਇਹਦੇ ਵਿੱਚ ਸੱਚ ਪਾ ਲਓ, ਠੀਕ ਹੈ। ਇਹ ਕਲਾਕਾਰੀ ਤਾਂ ਤੁਹਾਡੀ ਹੈ, ਬਟ ਉਹ ਲੋਕਾਂ ਨੂੰ ਇਮੋਸ਼ਨਲੀ ਉਹ ਕਰਕੇ ਅਤੇ ਸਿਰਫ ਪੈਸਾ ਕਮਾਉਣਾ, ਉਹਨਾਂ ਦੀ ਅਟੈਂਸ਼ਨ ਨੂੰ ਡਾਇਵਰਟ ਕਰਕੇ, ਮੀਨਿੰਗ ਉਲਝਾਈ ਰੱਖਣਾ, ਸੱਚ ਤੱਕ ਨਾ ਪਹੁੰਚਣ ਦੇਣਾ, ਇਹ ਉਹਨਾਂ ਦਾ ਉਸ ਵਕਤ ਦਾ ਸੋਚ ਸੀਗੀ। ਗੁਰੂ ਸਾਹਿਬ ਨੇ ਉਹਨੂੰ ਬਦਲ ਲਿਆ, ਉਹਨਾਂ ਨੇ ਦੂਜੇ ਪਾਸੇ ਨੂੰ ਪਾਣੀ ਦਿੱਤਾ। ਉਹਨਾਂ ਦੇ ਸਵਾਲ ਖੜ੍ਹੇ ਹੋਏ ਕਿ ਤੁਹਾਡਾ ਪਾਣੀ ਤੁਹਾਡੇ ਖੇਤਾਂ ਨੂੰ ਨਹੀਂ ਜਾਣਾ। ਗੁਰੂ ਸਾਹਿਬ ਕਹਿੰਦੇ ਮੈਂ ਮੰਨ ਗਿਆ, ਨਹੀਂ ਜਾਣਾ, ਤੁਹਾਡਾ ਕਿੱਥੇ ਜਾਊਗਾ। ਉਹਨਾਂ ਨੂੰ ਉਹਨਾਂ ਦੇ ਲੈਵਲ 'ਤੇ ਆ ਕੇ ਸਮਝਾਉਣਾ ਕਿ ਸਮੇਂ ਦੇ ਮੁਤਾਬਕ ਜੋ ਚੀਜ਼ ਚੱਲ ਰਹੀ ਹੈ ਹੂਬ ਹੂ ਉਹਦੇ ਨਾਲ ਦਾ ਉਹਦਾ ਬਦਲ, ਜਿੱਥੇ ਖੰਡਣ ਹੈ ਉੱਥੇ ਨਾਲ ਮੰਡਣ ਹੈ, ਠੀਕ ਹੈ ਨਾ। ਇੱਕ ਜਕ ਲਖਤ ਕਿਸੇ ਚੀਜ਼ ਨੂੰ ਰੱਦ ਨਹੀਂ ਕੀਤਾ ਹੈਗਾ। ਸੋ ਇਸੇ ਤਰ੍ਹਾਂ ਹੀ ਉਹ ਤਰਲੋਕੀ ਦੇ ਦਰਸ਼ਨ ਕਰਾ ਰਿਹਾ, ਇੱਕ ਸਾਧ ਬੈਠਾ ਅੱਗੇ ਲੋਟਾ ਰੱਖਿਆ, ਅੱਖਾਂ ਬੰਦ ਕਰਦਾ ਖੋਲਦਾ, ਸਭ ਨੇ ਸਾਖੀ ਸੁਣੀ ਹੋਣੀ ਹੈ ਜੀ। ਤਾਂ ਉਹਦੇ ਵਿੱਚ ਸਿੱਕੇ ਪਾਉਂਦੇ ਨੇ ਲੋਕ ਬਾਬੇ ਦੇ ਅੱਗੇ ਆ ਕੇ, ਤਾਂ ਗੁਰੂ ਸਾਹਿਬ ਭਾਈ ਮਰਦਾਨਾ ਜੀ ਤੋਂ ਉਹਦਾ ਲੋਟਾ ਉਹਦੇ ਲੁਕਾ ਦਿੰਦੇ ਨੇ ਪਿੱਛੇ, ਉਹੀ ਰੌਲਾ ਪਾਉਂਦਾ। ਦੇਖੋ ਸਮਾਰਟ ਵਰਕ ਵੀ ਗੁਰੂ ਸਾਹਿਬ ਨੇ ਕੀਤਾ, ਤਾਂ ਲੋਕ ਹੋਰ ਇਕੱਠੇ ਹੁੰਦੇ ਨੇ ਜ਼ਿਆਦਾ ਗਿਣਤੀ ਦੇ ਵਿੱਚ। ਤਾਂ ਉੱਥੇ ਗੁਰੂ ਸਾਹਿਬ ਕਹਿੰਦੇ ਕਿ ਜਿਹਨੂੰ ਪਿੱਛੇ ਪਿਆ ਲੋਟਾ ਨਜ਼ਰ ਨਹੀਂ ਆਉਂਦਾ, ਉਹ ਤੁਹਾਨੂੰ ਤਰਲੋਕੀ ਕਿੱਥੋਂ ਦਿਖਾ ਲਊਗਾ। ਹੁਣ ਨਾਟਕ ਕਰ ਰਿਹਾ ਸਿੱਕੇ ਇਕੱਠੇ ਕਰਨ ਲਈ, ਧਨ ਦੌਲਤ ਇਕੱਠੇ ਕਰਨ ਲਈ, ਲੋਕਾਂ ਨੂੰ ਕੁਰਾਹੇ ਵੀ ਪਾ ਰਿਹਾ,
ਠੀਕ ਹੈ, ਗੁਰੂ ਸਾਹਿਬ ਨੇ ਉਸੇ ਹੀ ਭਾਂਡੇ ਵਿੱਚ ਸੱਚ ਪਾ ਕੇ ਪਰੋਸਿਆ। ਤਾਂ ਇਹ ਆਈਡੀਆ ਸਾਨੂੰ ਇਸ ਤਰ੍ਹਾਂ ਹੈ ਕਿ ਅੱਜ ਦੇ ਯੂਥ ਦਾ ਟੇਸਟ ਕਿੱਦਾਂ ਦਾ, ਅੱਜ ਦੇ ਸਮੇਂ ਦੇ ਹਾਣੀ ਹੋ ਕੇ ਅਸੀਂ ਕਿੱਦਾਂ ਆਪਣੇ ਸਿੱਖ ਵਿਰਸੇ ਨੂੰ, ਪੰਜਾਬੀ ਵਿਰਸੇ ਨੂੰ ਸਮਾਜ ਸਾਹਮਣੇ ਪਰੋਸ ਸਕਦੇ ਹਾਂ। ਠੀਕ ਹੈ, ਤਾਂ ਉਹਦੇ ਤੋਂ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਤੋਂ ਇਹ ਆਈਡੀਆ ਮਿਲਿਆ। ਤਾਂ ਅਸੀਂ ਨਾਂ ਵੀ ਇਹਦਾ ਮਾਡਰਨ ਜਿਹਾ ਥੋੜ੍ਹਾ ਰੱਖ ਲਿਆ, ਸਿੰਘ ਰੌਕਸ ਗਰੁੱਪ ਬੈਂਡ ਆ ਸਾਡਾ, ਜਿਹਦੇ 'ਚ ਅਸੀਂ ਵੱਖ ਵੱਖ ਸਟੇਜਾਂ 'ਤੇ ਜਾ ਕੇ ਪ੍ਰੋਗਰਾਮ ਕਰਦੇ ਹਾਂ, ਚਾਹੇ ਆਨੰਦ ਕਾਰਜ, ਗੁਰਪੁਰਬ, ਸ਼ਹੀਦੀ ਪੁਰਬ, ਨਗਰ ਕੀਰਤਨ, ਕਿਉਂਕਿ ਅਸੀਂ ਗਾਉਣਾ ਉਹੀ ਹੈ, ਬੋਲਣਾ ਉਹੀ ਹੈ। ਠੀਕ ਹੈ, ਜਿਹਦੇ 'ਚ ਅਸੀਂ ਗੱਤਕਾ, ਨਾਟਕ, ਸਕਿੱਟ, ਕੋਰੀਓਗ੍ਰਾਫੀ, ਜੋ ਅੱਜ ਦੇ ਯੂਥ ਨੂੰ, ਤੁਹਾਡੇ ਵਰਗੇ ਬੱਚਿਆਂ ਨੂੰ, ਨੌਜਵਾਨਾਂ ਨੂੰ ਪਸੰਦ ਹੈ, ਫੋਰਮੈਟ ਸਾਰਾ ਉਹੀ, ਲੇਕਿਨ ਉਹਦੇ ਵਿੱਚ ਪਾਇਆ ਸਿਰਫ ਚੰਗਾ ਜਾਂਦਾ ਹੈ। ਕਿ ਅਤੇ ਅਸੀਂ ਇਹ ਉਦਾਹਰਣ ਸੈੱਟ ਕਰ ਰਹੇ ਹਾਂ ਕਿ ਅਸੀਂ ਰਾਹਾਂ 'ਤੇ ਨਹੀਂ ਚੱਲਦੇ, ਅਸੀਂ ਚੱਲਦੇ ਹਾਂ ਅਤੇ ਰਾਹ ਬਣਦੇ ਹਾਂ, ਅਸੀਂ ਉਹ ਰਾਹ ਬਣਾ ਕੇ ਦੇਣ ਦਾ ਯਤਨ ਕਰ ਰਹੇ ਹਾਂ। ਕਿ ਐਂਟਰਟੇਨਮੈਂਟ ਦਾ ਅਰਥ ਕੁਛ ਵੀ ਮੂੰਹ 'ਚ ਆਇਆ ਬੋਲ ਦੇਣਾ ਨਹੀਂ ਹੁੰਦਾ, ਸੰਗੀਤ ਦਾ ਅਰਥ, ਮਨੋਰੰਜਨ ਦਾ ਅਰਥ ਕੁਛ ਵੀ ਊਟ ਪਟਾਂਗ ਬੋਲਣਾ ਨਹੀਂ ਹੁੰਦਾ, ਸੰਗੀਤ ਚੰਗੇ ਤਰੀਕੇ ਨਾਲ ਵੀ ਗਾਇਆ, ਸੁਣਿਆ, ਆਨੰਦ ਮਾਣਿਆ ਜਾ ਸਕਦਾ। ਜੋ ਕਿਉਂਕਿ ਜੇ ਸੰਗੀਤ ਦੇ ਵਿੱਚ ਸੱਚ ਨਹੀਂ ਹੋਏਗਾ, ਅੱਛਾਈ ਨਹੀਂ ਹੋਏਗੀ, ਚੰਗਿਆਈ ਨਹੀਂ ਹੋਏਗੀ, ਤਾਂ ਉਹ ਤੁਹਾਡੀ ਰੂਹ ਦੀ ਖੁਰਾਕ ਨਹੀਂ ਹੋ ਸਕਦਾ, ਉਹ ਤੁਹਾਨੂੰ ਭੜਕਣ 'ਤੇ ਲਾ ਸਕਦਾ। ਪਰ ਸੰਗੀਤ ਅਸਲ 'ਚ ਰੂਹ ਦੀ ਖੁਰਾਕ ਉਦੋਂ ਬਣਦਾ ਜਦੋਂ ਉਹਦੇ ਵਿੱਚ ਕੁਛ ਚੰਗਾ ਪਾਇਆ ਜਾਏ, ਚਾਹੇ ਗੁਰਬਾਣੀ ਪਾਈ ਜਾਏ, ਹਿਸਟਰੀ ਪਾਈ ਜਾਏ, ਇਤਿਹਾਸ ਪਾਇਆ ਜਾਏ। ਠੀਕ ਹੈ, ਸਾਡੇ ਵੱਡਿਆਂ ਵਡੇਰਿਆਂ ਦੀਆਂ ਵਾਰਾਂ, ਧੁਣਾਂ, ਰਾਸਾਂ ਉਹ ਪਾਈਆਂ ਜਾਣ, ਜੋ ਸਾਡੇ ਇੰਟਰਨਲ, ਸਾਡੇ ਅੰਦਰੂਨੀ ਵਿਕਾਸ 'ਤੇ ਕੰਮ ਕਰਦੀਆਂ ਹੈਗੀਆਂ, ਜੋ ਸਾਡੇ ਜ਼ਮੀਰ ਨੂੰ, ਸਾਡੇ ਬ੍ਰੇਨ ਨੂੰ ਫਰੈਸ਼ ਕਰਦੀਆਂ, ਚਿੰਤਾ ਮੁਕਤ ਕਰਦੀਆਂ ਹੈਗੀਆਂ, ਤਾਂ ਉਹ ਸੰਗੀਤ ਆ ਜਿਹੜਾ ਰੂਹ ਦੀ ਖੁਰਾਕ ਬਣਦਾ। ਥੈਂਕ ਯੂ ਅੰਕਲ, ਤੁਸੀਂ ਸਾਡੇ ਸ਼ੋਅ ਬਾਤਾਂ ਗੁਰੂ ਦੀਆਂ ਵਿੱਚ ਆਏ ਅਤੇ ਸਾਨੂੰ ਦੱਸਿਆ ਕਿ ਅਸਲ ਸੱਭਿਆਚਾਰ ਹੈ ਕੀ ਅਤੇ ਸੰਗੀਤ ਰੂਹ ਦੀ ਖੁਰਾਕ ਹੈ। ਅਸੀਂ ਇਹੀ ਸੋਚ ਨੂੰ ਅੱਗੇ ਅਪਣਾਵਾਂਗੇ ਜੀ। ਧੰਨਵਾਦ ਤੁਹਾਡਾ ਵੀ ਬੱਚਿਓ, ਔਰ ਫਤਿਹ ਟੀਵੀ ਦਾ, ਔਰ ਸਾਰੀ ਟੀਮ ਦਾ ਧੰਨਵਾਦ ਕਿ ਤੁਸੀਂ ਇਹ ਚੰਗੀ ਸੋਚ ਨੂੰ ਅੱਗੇ ਲਿਜਾਣ ਵਾਸਤੇ ਯਤਨ ਕੀਤਾ ਅਤੇ ਅੱਜ ਮੌਕਾ ਦਿੱਤਾ। ਸਾਰੀ ਟੀਮ ਦਾ ਫਿਰ ਇੱਕ ਵਾਰ ਤੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਵਾਰੀ ਹੈ ਸਾਡੇ ਸ਼ੋਅ ਬਾਤਾਂ ਗੁਰੂ ਦੀਆਂ ਦੇ ਕਿਡ ਸੈਕਸ਼ਨ ਦੀ, ਤੇ ਅੱਜ ਦੇ ਕਿਡ ਸੈਕਸ਼ਨ ਵਿੱਚ ਆ ਰਹੀ ਹੈ ਭੂਮੀਪ੍ਰੀਤ ਕੌਰ, ਜੋ ਕਿ ਸਾਨੂੰ ਇੱਕ ਸ਼ਬਦ ਸੁਣਾਏਗੀ, ਤੇ ਆਓ ਸਵਾਗਤ ਕਰੀਏ ਭੂਮੀਪ੍ਰੀਤ ਕੌਰ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੂਮੀਪ੍ਰੀਤ ਕੌਰ, ਤੁਹਾਡਾ ਸਾਡੇ ਸ਼ੋਅ ਬਾਤਾਂ ਗੁਰੂ ਦੀਆਂ ਵਿੱਚ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਦੀਦੀ, ਥੈਂਕ ਯੂ ਦੀਦੀ। ਹੁਣ ਤੁਸੀਂ ਸਾਡੀ ਆਡੀਅੰਸ ਨੂੰ ਆਪਣਾ ਸ਼ਬਦ ਸੁਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਭੂਮੀਪ੍ਰੀਤ ਕੌਰ, ਤੁਸੀਂ ਸਾਡੇ ਸ਼ੋਅ ਵਿੱਚ ਆਏ ਤੇ ਸਾਨੂੰ ਇੰਨਾ ਪਿਆਰਾ ਸ਼ਬਦ ਸੁਣਾਇਆ। ਥੈਂਕ ਯੂ ਦੀਦੀ, ਥੈਂਕ ਯੂ ਦੀਦੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਵਾਰੀ ਹੈ ਸਾਡੇ ਸ਼ੋਅ ਬਾਤਾਂ ਗੁਰੂ ਦੀਆਂ ਦੇ ਕੁਐਸਚਨ ਰਾਉਂਡ ਦੀ, ਤੇ ਅੱਜ ਦਾ ਕੁਐਸਚਨ ਹੈ ਸੱਭਿਆਚਾਰ ਦੇ ਰਿਲੇਟਡ ਕੋਈ ਗੁਰਬਾਣੀ ਦੀ ਤੁਕ ਦੱਸੋ। ਇਸ ਸਵਾਲ ਦਾ ਜਵਾਬ ਦੇਣ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਤੇ ਜਿੱਤੋ ਢੇਰ ਸਾਰੇ ਇਨਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਬੱਚਿਓ ਆਓ ਸੁਣਾਵਾ।